सत श्री अकाल जी, मेरा नाम इंदर, गोल्डी इंदर दे चैनल ते तुहाडा बहुत बहुत स्वागत है। तो मैं उम्मीद करती हूँ कि तुसी सारे ठीक होवोगे जी। एंड थैंक यू सो मच कि तुसी मैनू इन्ना सपोर्ट कर रहे हो, मेरे चैनल नू सबसक्राइब कर रहे हो। जो भी मेरे चैनल ते नवे ने इस वीडियो नू देख रहे ने, प्लीज़ वो भी मेरे चैनल नू सबसक्राइब कर लो। एंड लाइक एंड शेयर भी करया करो। एंड कमेंट करके जरूर दस्या करो कि तुहानू मेरे सूट्स एंड वीडियोज़ किदां दीआं लग रहीआं ने। हाँ जी, जिवें कि तुहानू पता है जी, अज 4 नवंबर है एंड अज दिवाली आ। एंड परमात्मा करे कि ये सारयां दे घरे खुशियां भरिया त्यौहार आवे, है ना। सारे अपने परिवार च वधिया हसदे खेडदे रहन जी, हसदे वसदे रहन। सारयां लई सारे त्यौहार ही खुशियां भरे आउण, सारे परिवार अपने अपने परिवारां च खुश रहन जी। जिहड़े देसां परदेसां च वी बैठे ने, उहनां लई वी सारयां लई ये खुशियां भरिया त्यौहार होवे। बाकी दूसरी गल इह वी है जी, जिहड़े विचारे किसान ने, है ना, किन्ने टाइम तो उस मोर्चे ते बैठे हुए ने, उन्हां लई वी सैड फील हुंदा है कि वह भी आपदे परिवारां नूं छड्ड के किन्ने टाइम दे उत्थे बैठे हुए ने। कई उन्हां विच्चों विछड़ गए ने, जिहड़े विचारे उत्थे जाके शहीद हो चुके ने। ਤਾਂ ਇਸ ਚੀਜ਼ ਮਨਾਉਣ ਨੂੰ ਦਿਲ ਤਾਂ ਨਹੀਂ ਕਰਦਾ ਹੈਗਾ, ਕਿਉਂਕਿ ਉਹ ਵੀ ਆਪਣੇ ਵਰਗੇ ਹੀ ਨੇ ਜੀ। ਉਹ ਵੀ ਆਪਣੇ ਪਰਿਵਾਰ ਛੱਡ ਕੇ ਉੱਥੇ ਬੈਠੇ ਨੇ, ਕਿਸੇ ਵਜ੍ਹਾ ਕਰਕੇ ਬੈਠੇ ਨੇ। ਤਾਂ ਇਹ ਵੀ ਆਪਾਂ ਨਾਲ ਦੀ ਨਾਲ ਇਹ ਵੀ ਅਰਦਾਸ ਕਰੀਏ ਜੀ ਸਾਰੇ, ਕਿ ਉਹ ਜਿਸ ਮਕਸਦ ਲਈ ਉੱਥੇ ਬੈਠੇ ਨੇ, ਹੈ ਨਾ, ਆਉਣ ਵਾਲਾ ਸਮਾਂ ਉਹਨਾਂ ਲਈ ਵੀ ਖੁਸ਼ੀਆਂ ਭਰਿਆ ਆਵੇ, ਉਹ ਵੀ ਆਪਦੇ ਮਕਸਦ 'ਚ ਕਾਮਯਾਬ ਹੋਣ। ਨਾ ਸਰਕਾਰਾਂ ਇਹੋ ਜਿਹਾ ਕੁਛ ਹੋਵੇ ਜੀ, ਨਾ ਸਰਕਾਰਾਂ ਕਰਨ, ਅਤੇ ਨਾ ਹੀ ਉਹ ਆਪਣੇ ਪਰਿਵਾਰਾਂ ਤੋਂ ਦੂਰ ਹੋਣ। ਅਤੇ ਬਸ ਆਪਾਂ ਤਾਂ ਇਹੀ ਚਾਹੁੰਦੇ ਹਾਂ ਜੀ, ਉਹ ਵੀ ਖੁਸ਼ੀ ਖੁਸ਼ੀ ਆਪਦੇ ਘਰ ਆਉਣ, ਸਾਰਾ ਕੁਛ ਆਉਣ ਵਾਲੇ ਸਮੇਂ 'ਚ ਵਧੀਆ ਹੋ ਜੇ। ਬਸ ਸਾਰਿਆਂ ਲਈ ਇਹ ਖੁਸ਼ੀਆਂ ਭਰਿਆ ਦੀਵਾਲੀ ਦਾ ਜਿਹੜਾ ਤਿਉਹਾਰ ਆ, ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ, ਸਾਰੇ ਆਪਦੇ ਘਰੇ ਠੀਕ ਰਹੋ ਜੀ। ਤੇ ਅੱਜ ਇਸ ਬਲੌਗ ਦੇ ਵਿੱਚ ਮੈਂ ਤੁਹਾਨੂੰ 3 ਸੂਟ ਦਿਖਾਉਣ ਲੱਗੀ ਹਾਂ। 3 ਹੀ ਕਰੇਵ ਦੇ ਉੱਤੇ ਨੇ। ਇੱਕ ਡਿਜ਼ਾਈਨ ਤਾਂ ਤੁਸੀਂ ਆਲਰੇਡੀ ਮੇਰਾ ਦੇਖਿਆ ਹੋਇਆ, ਉਹ ਮੈਂ ਜੋਰਜੱਟ ਦੇ ਉੱਤੇ ਬਣਾਇਆ ਹੋਇਆ ਸੀਗਾ। ਇੱਕ ਗ੍ਰੇ ਦੇ ਉੱਤੇ ਅਤੇ ਬਲੈਕ ਦੇ ਨਾਲ ਅਸੀਂ ਕੁਛ ਥੋੜ੍ਹਾ ਜਿਹਾ ਕੰਬੀਨੇਸ਼ਨ ਕੀਤਾ ਆ। ਐਂਡ ਇੱਕ ਗ੍ਰੀਨ ਹੈ ਜੀ, ਉਹਦਾ ਜਿਹੜਾ ਦੁਪੱਟਾ ਆ, ਉਹਦਾ ਦੁਪੱਟਾ ਕੋਈ ਜ਼ਿਆਦਾ ਅਸੀਂ ਖਾਸ ਨਹੀਂ ਕੀਤਾ, ਕੱਟ ਵਰਕ ਹੀ ਸੀ, ਇਸ ਕਰਕੇ ਉਹਨੂੰ ਮੈਂ ਸ਼ੋਅ ਨਹੀਂ ਕੀਤਾ। ਉਹ ਮੈਂ ਸਿਰਫ ਤੁਹਾਨੂੰ ਸੂਟ ਦਾ ਡਿਜ਼ਾਈਨ ਹੀ ਦਿਖਾਉਂਗੀ। ਇਹ 3 ਸੂਟ ਨੇ ਜੀ ਜਿਹੜੇ ਅੱਜ ਮੈਂ ਤੁਹਾਡੇ ਸਾਹਮਣੇ ਲੈ ਕੇ ਆਈ ਹਾਂ, ਅਤੇ ਜਿਨ੍ਹਾਂ ਬਾਰੇ ਮੈਂ ਤੁਹਾਨੂੰ ਅੱਜ ਸਾਰਾ ਕੁਛ ਦੱਸੂਗੀ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਹ ਸੂਟ ਦਿਖਾਉਂਗੀ ਜੀ। ਇਹ ਗ੍ਰੇ ਕਲਰ ਦਾ ਹੈ, ਇਹ ਵੀ ਕਿਸੇ ਕਸਟਮਰ ਦਾ ਸੂਟ ਆ। ਆਹ ਦੇਖੋ, ਇਹਦੇ ਜਿਹੜਾ ਇਹਦਾ ਘੇਰਾ ਬਣਿਆ ਹੋਇਆ, ਇੱਦਾਂ ਬਣਿਆ ਹੋਇਆ, ਅਤੇ ਜਿਹੜੀਆਂ ਇਹਦੀਆਂ ਬਾਜੂ ਨੇ, ਇਹਦੀਆਂ ਬਾਜੂ 'ਤੇ ਅਸੀਂ ਇੱਦਾਂ ਸਿੰਪਲ ਜਿਹਾ ਵਰਕ ਕਰ ਦਿੱਤਾ, ਲਾਈਟ ਪਿੰਕ ਦੇ ਨਾਲ ਡਾਰਕ ਪਿੰਕ ਐਂਡ ਬਲੈਕ। ਬਲੈਕ ਕੋਂਬੀਨੇਸ਼ਨ ਅਸੀਂ ਤਾਂ ਰੱਖਿਆ ਕਿਉਂਕਿ ਇਹਨਾਂ ਦੇ ਜਿਹੜਾ ਪਲਾਜ਼ੋ, ਉਹਨਾਂ ਨੇ ਪਲਾਜ਼ੋ ਵੀ ਨਾਲ ਬਣਵਾਈ ਆ, ਅਤੇ ਸਲਵਾਰ ਵੀ ਇਹਦੀ ਨਾਲ ਬਣਾਈ ਹੋਈ ਆ। ਅਤੇ ਜਿਹੜਾ ਅਸੀਂ ਬਣਾਇਆ, ਉਹਨਾਂ ਨੂੰ ਨਾ ਟੂ ਮੱਚ ਹੈਵੀ ਇੰਨਾ ਪਸੰਦ ਨਹੀਂ, ਇਸ ਕਰਕੇ ਅਸੀਂ ਇਹਨੂੰ ਥੋੜ੍ਹਾ ਜਿਹਾ ਲਾਈਟ ਹੀ ਰੱਖਿਆ ਹੋਇਆ, ਬਸ ਇੱਦਾਂ ਘੇਰੇ ਦੇ ਵਿੱਚ, ਜਿਹੜਾ ਆਪਾਂ ਨੋਰਮਲ ਵੀਅਰ ਕਰ ਲਈਏ, ਵੀ ਸਿੰਪਲ ਜਿਵੇਂ ਨੋਰਮਲ ਉਹਨਾਂ ਨੇ ਗੁਰੂ ਘਰ ਜਾਣਾ ਹੁੰਦਾ, ਕਿਉਂਕਿ ਬਾਹਰ ਆਪਾਂ ਨੂੰ ਵੀ ਪਤਾ ਹੀ ਸਿਰਫ ਆਪਣੇ ਕੋਲ ਸਮਾਂ ਗੁਰੂ ਘਰ ਪਾਉਣ ਨੂੰ ਹੀ ਹੁੰਦਾ ਆ, ਜਾਂ ਆਪਾਂ ਕਿਸੇ ਦੇ ਮਾੜਾ ਮੋਟਾ ਫੰਕਸ਼ਨ 'ਤੇ ਜਾਂਦੇ ਹਾਂ, ਉਹਦੇ ਲਈ ਹੁੰਦਾ ਆ। ਬਸ ਆਹ ਦੇਖੋ ਇੱਦਾਂ ਬਣਿਆ ਹੋਇਆ ਇਹਦਾ ਜਿਹੜਾ ਐਂ ਬਣਿਆ ਹੋਇਆ, ਦੇਖੋ ਇੱਦਾਂ ਘੇਰਾ ਬਣ ਗਿਆ ਇਹਦਾ। ਘੇਰੇ ਦੇ ਵਿੱਚ ਅਸੀਂ ਇੱਦਾਂ ਸਿੰਪਲ ਜਿਹਾ ਫਲਾਰ ਕਰ ਦਿੱਤਾ, ਕੋਈ ਜ਼ਿਆਦਾ ਹੈਵੀ ਨਹੀਂ ਕੀਤਾ ਹੈਗਾ। ਅਤੇ ਆਹ ਦੇਖੋ, ਆਹ ਅਸੀਂ ਪਾਈਪਿੰਗ ਕੱਢ ਦਿੱਤੀ ਹੈ ਬਲੈਕ ਕਲਰ ਦੀ, ਇੱਧਰੋਂ ਸਾਈਡਸ ਤੋਂ ਆਹ ਪਾਈਪਿੰਗ ਕੱਢ ਕੇ ਬਸ ਇਹਨੂੰ ਇੱਦਾਂ ਫਿਨਿਸ਼ਿੰਗ ਦੇ ਦਿੱਤੀ। ਅਤੇ ਜਿਹੜੇ ਇਹਦੇ ਗਲਾ ਬਣਾਇਆ ਹੋਇਆ, ਇੱਦਾਂ ਪੋਟਲੀ ਬਟਨਸ ਲਗਾਏ ਹੋਏ ਨੇ। ਅਤੇ ਜਿਹੜੀ ਇਹਦੀ ਬਾਂਹ ਆ, ਬਾਂਹ ਨੂੰ ਅਸੀਂ ਇੱਦਾਂ ਪਾਈਪਿੰਗ ਵੀ ਕੱਢ ਦਿੱਤੀ, ਉੱਦਾਂ ਕੱਟ ਵਰਕ ਵੀ ਹੋਇਆ, ਪਰ ਅਸੀਂ ਇਹਨੂੰ ਕੱਟਿਆ ਨਹੀਂ ਹੈਗਾ, ਇੱਦਾਂ ਅਸੀਂ ਪਾਈਪਿੰਗ ਕੱਢ ਦਿੱਤੀ, ਕੱਟਿਆ ਸਿਰਫ ਅਸੀਂ ਫਰੰਟ ਵਾਲਾ ਕੱਟ ਵਰਕ ਹੀ ਆ, ਆਹ ਦੇਖੋ। ਐਂਡ ਜਿਹੜੀ ਇਹਦੀ ਬੈਕ ਆ, ਇਹਦੀ ਬੈਕ ਹੈਗੀ ਆ, ਦੇਖੋ ਜਿਪ ਲੱਗੀ ਹੋਈ ਆ, ਬਸ ਸਿੰਪਲ ਹੀ ਆ, ਜ਼ਿਆਦਾ ਕੋਈ ਹੈਵੀ ਇਹ ਸੂਟ ਨਹੀਂ ਹੈਗਾ, ਸਿੰਪਲ ਆ। ਅਤੇ ਜਿਹੜਾ ਇਹਦੇ ਨਾਲ ਹੈਗਾ ਆ, ਉਹਨਾਂ ਨੇ 2 ਤਰ੍ਹਾਂ ਦੀ ਚੀਜ਼ ਬਣਾਈ ਹੋਈ ਆ। ਇੱਕ ਤਾਂ ਪਲਾਜ਼ੋ ਬਣਾਇਆ ਨਾਲ, ਆਹ ਦੇਖੋ ਬਲੈਕ ਕਲਰ ਦਾ ਕਰੇਵ ਦੇ ਵਿੱਚ, ਐਂਡ ਇੱਕ ਸਲਵਾਰ ਬਣੀ ਹੋਈ ਆ, ਆਹ ਦੇਖੋ ਸਿੰਪਲ ਹੈ ਜੀ ਸਲਵਾਰ, ਉਹ ਥੋੜ੍ਹਾ ਜਿਹਾ ਹੈਵੀ ਪਸੰਦ ਕਰਦੇ ਆ, ਅਤੇ ਪਟਿਆਲਾ ਸ਼ਾਹੀ ਬਣਾਈ ਹੋਈ ਆ, ਕਾਫੀ ਹੈਵੀ ਸਲਵਾਰ ਬਣ ਗਈ ਇਹ। ਆਹ ਦੇਖੋ ਕਾਫੀ ਵਲ ਪਏ ਹੋਏ ਨੇ ਇਹਦੇ ਵਿੱਚ। ਵੈਸੇ ਤਾਂ ਕਈਆਂ ਨੂੰ ਤਾਂ ਜੀ ਲਾਈਟ ਪਸੰਦ ਹੈ, ਹੈ ਨਾ, ਸਲਵਾਰ ਵੀ ਆਪਾਂ ਲਾਈਟ ਹੀ ਵੀਅਰ ਕਰਦੇ ਹਾਂ, ਕਈਆਂ ਨੂੰ ਹੈਵੀ ਪਸੰਦ ਆ, ਆਪਣੀ ਆਪਣੀ ਚੁਆਇਸ ਹੁੰਦੀ ਹੈ ਵੀ ਕਿਵੇਂ ਆਪਾਂ ਵੀਅਰ ਕਰਨਾ ਪਸੰਦ ਕਰਦੇ ਹਾਂ। ਐਂਡ ਇੱਕ ਇਹਦੇ ਨਾਲ ਪੈਂਟ ਪਲਾਜ਼ੋ ਬਣਿਆ ਹੋਇਆ, ਉਹਨਾਂ ਨੇ 2 ਚੀਜ਼ਾਂ ਬਣਾਈਆਂ ਇੱਕ ਦੇ ਨਾਲ ਹੀ। ਅਤੇ ਜਿਹੜਾ ਉਹਨਾਂ ਨੇ ਦੁਪੱਟਾ ਲੈਤਾ ਹੋਇਆ ਨਾ, ਦੁਪੱਟਾ ਇਹ ਮੇਰੇ ਨਾਲ ਦਾ ਹੀ ਆ, ਜਿਹੜਾ ਤੁਸੀਂ ਮੇਰਾ ਦੁਪੱਟਾ ਲੈਤਾ ਦੇਖਿਆ ਹੋਣਾ, ਮੇਰਾ ਸੂਟ ਸੀਗਾ ਮੀਨਸ ਟਾਈਗਰ ਪ੍ਰਿੰਟ ਜਿਹਾ, ਉਹਦੇ ਨਾਲ ਲਿਆ ਹੋਇਆ ਸੀਗਾ। ਆਹ ਦੇਖੋ ਇੱਦਾਂ ਦਾ ਅਸੀਂ ਦੁਪੱਟਾ ਉਹਦੇ ਨਾਲ ਰੈਡੀ ਕੀਤਾ, ਸੇਮ ਮੇਰੇ ਨਾਲ ਦਾ ਹੀ ਦੁਪੱਟਾ ਜੀ, ਇਹ ਤਾਂ ਸਿਰਫ ਬਣਿਆ ਬਣਾਇਆ ਹੀ ਆਉਂਦਾ, ਅਸੀਂ ਡਾਏ ਕਰਦੇ ਹਾਂ, ਹੋਰ ਕੁਛ ਨਹੀਂ, ਬਸ ਇੱਦਾਂ ਲੈਸ ਲਗਾ ਦਿੱਤੀ। ਅਤੇ ਇਹ ਸਿੰਪਲ ਸੂਟ ਆ, ਕੋਈ ਇੰਨਾ ਹੈਵੀ ਨਹੀਂ ਹੈਗਾ, ਕਈ ਨਾ ਪਸੰਦ ਨਹੀਂ ਕਰਦੇ ਹੈਗੇ ਜ਼ਿਆਦਾ ਡਾਰਕ ਜਾਂ ਜ਼ਿਆਦਾ ਮੀਨਸ ਇੱਦਾਂ ਹੈਵੀ ਜਿਹਾ ਪਾਉਣਾ, ਕਿਉਂਕਿ ਏਜ ਮੁਤਾਬਿਕ ਜੀ ਹਰ ਇੱਕ ਚੀਜ਼ ਹੈ ਨਾ ਲਾਈਟ ਹੀ ਪਸੰਦ ਆਉਂਦੀ ਆ ਆਪਾਂ ਨੂੰ, ਤਾਂ ਉਹਨਾਂ ਦਾ ਸਿੰਪਲ ਜਿਹਾ ਸੂਟ ਆ ਇੱਕ, ਤਾਂ ਇਹ ਇੱਦਾਂ ਬਣਿਆ ਹੋਇਆ ਜੀ। ਇਹਦੇ ਬਾਰੇ ਕੋਈ ਵੀ ਤੁਸੀਂ ਇਨਫੋਰਮੇਸ਼ਨ ਲੈਣੀ ਆ ਤਾਂ ਪਲੀਜ਼ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਮੇਰੇ ਫੋਨ 'ਤੇ। 1-2 ਦਿਨ ਅਸੀਂ ਥੋੜ੍ਹੇ ਜਿਹੇ ਬਿਜ਼ੀ ਹਾਂ, ਬਟ ਜਦੋਂ ਵੀ ਮੇਰਾ ਟਾਈਮ ਲੱਗੂਗਾ ਮੈਂ ਜ਼ਰੂਰ ਤੁਹਾਨੂੰ ਰਿਪਲਾਈ ਦਊਂਗੀ। ਇਸ ਤੋਂ ਬਾਅਦ ਜੀ ਆਹ ਸੂਟ ਆ,
ਇਹ ਮਹਿੰਦੀ ਕਲਰ ਦੇ ਵਿੱਚ ਆ ਇਹਦਾ ਨਾ ਐਕਚੁਅਲੀ ਜਿਹੜਾ ਦੁਪੱਟਾ ਹੈ ਇਹਦਾ ਦੁਪੱਟਾ ਵਾਈਟ ਐਂਡ ਗ੍ਰੀਨ ਆ ਮੀਨਸ ਟਾਈ ਡਾਈ ਨਹੀਂ ਹੈਗਾ ਜਿਵੇਂ ਆਪਾਂ ਨਹੀਂ ਕਹਿੰਦੇ ਵੀ ਹਾਫ ਕੱਟ ਕੇ ਵਾਈਟ ਹਾਫ ਕੱਟ ਕੇ ਗ੍ਰੀਨ ਐਂਡ ਹਾਫ ਕੱਟ ਕੇ ਵਾਈਟ ਇੱਦਾਂ ਬਣਿਆ ਹੋਇਆ ਉਹਦੇ ਉੱਤੇ ਨਾ ਸਿੰਪਲ ਹੀ ਕੱਟ ਵਰਕਾ ਕੁਛ ਜ਼ਿਆਦਾ ਹੈਵੀ ਨਹੀਂ ਇਸ ਕਰਕੇ ਉਹ ਮੈਂ ਸ਼ੋਅ ਨਹੀਂ ਕਰ ਰਹੀ ਹੈਗੀ ਬਾਕੀ ਕੁਛ ਇੱਦਾਂ ਆ ਕਿ ਉਹ ਸਾਡਾ ਦੁਪੱਟਾ ਨਾ ਐਕਚੁਅਲੀ ਪ੍ਰੈਸ ਵਗੈਰਾ ਹੋਣਾ ਗਿਆ ਹੋਇਆ ਕਿਸੇ ਕਸਟਮਰ ਦਾ ਅਤੇ ਅਸੀਂ ਉਹਨਾਂ ਨੂੰ ਐਮਰਜੈਂਸੀ 'ਚ ਸੂਟ ਭੇਜਣਾ ਜਿਨ੍ਹਾਂ ਦਾ ਵੀ ਹੈਗਾ ਜੀ ਉਹਨਾਂ ਨੂੰ ਸਮਝ ਆ ਜਾਣੀ ਆ ਸੌਰੀ ਫੋਰ ਡਿਲੇ ਕਿ ਅਸੀਂ ਥੋੜ੍ਹਾ ਜਿਹਾ ਡਿਲੇ ਹੋ ਗਏ ਇਸ ਚੀਜ਼ ਨੂੰ ਬਟ ਮੈਂ ਤੁਹਾਨੂੰ ਦਿਖਾਉਂਦੀ ਹਾਂ ਠੀਕ ਹੈ ਜੀ ਆਹ ਵਾਲਾ ਜਿਹੜਾ ਡਿਜ਼ਾਈਨ ਆ ਇਹ ਫਰੰਟ ਦੇ ਉੱਤੇ ਆ ਜਿਹੜਾ ਇਹ ਫਰੰਟ ਆਊਗਾ ਸਾਰਾ ਇੱਦਾਂ ਆਊਗਾ ਇਹ ਨੈਕ ਬਣੂਗਾ ਇੱਥੇ ਅਤੇ ਬਾਕੀ ਇਹ ਸਾਰਾ ਫਰੰਟ 'ਤੇ ਇਹ ਘੇਰੇ ਤੱਕ ਜਾਊਗਾ ਜੀ ਨੀਚੇ ਬਾਕੀ ਇਸ ਤੋਂ ਬਾਅਦ ਨਾ ਜਿਵੇਂ ਆਪਾਂ ਸਟਿਚਿੰਗ ਦੇ ਵਿੱਚ ਹੋਰ ਮੈਂ ਆਈਡੀਆ ਦੇ ਦਿੰਦੀ ਹਾਂ ਸਟਿਚ ਤਾਂ ਚਲੋ ਉਹਨਾਂ ਨੇ ਆਪੇ ਕਰਵਾਉਣਾ ਇੱਥੋਂ ਆਪਾਂ ਇਹਨੂੰ ਨਾ ਕਟਵਾ ਕੇ ਇੱਥੇ ਬਟਨਸ ਵੀ ਲਗਵਾ ਸਕਦੇ ਹਾਂ ਸਿੱਧੇ ਦੇ ਸਿੱਧੇ ਇੱਦਾਂ ਵੀ ਬਣ ਸਕਦਾ ਇਹ ਜਿਵੇਂ ਆਪਾਂ ਵਾਈਟ ਇੱਥੋਂ ਪਾਈਪਿੰਗ ਵਗੈਰਾ ਕਰਾ ਕੇ ਨਾ ਅਤੇ ਵਿੱਚ ਜਿਵੇਂ ਆ ਪਰਪਲ ਹੈ ਜੀ ਇਹ ਲਾਈਟ ਪਰਪਲ ਅਤੇ ਬੇਬੀ ਪਿੰਕ ਦਾ ਕੰਬੀਨੇਸ਼ਨ ਆ ਤਾਂ ਆਪਾਂ ਇਹਦੇ ਵਿੱਚ ਨਾ ਪੋਰਟਲੀ ਬਟਨਸ ਕਢਵਾ ਸਕਦੇ ਹਾਂ ਜਾਂ ਜਿੱਦਾਂ ਦੇ ਵੀ ਬਟਨ ਲਗਵਾ ਸਕਦੇ ਹਾਂ ਇਹ ਆਪਣੀ ਮਰਜ਼ੀ ਆ ਅਤੇ ਇੱਦਾਂ ਇਹਦਾ ਨੈੱਕ ਬਣ ਜੂਗਾ ਅਤੇ ਇੱਦਾਂ ਇਹਦਾ ਸਿੱਧਾ ਬਹੁਤ ਸੋਹਣਾ ਬਣੂਗਾ ਜਦੋਂ ਇਹ ਬਣ ਗਿਆ ਬਾਕੀ ਪਾਈਪਿੰਗ ਵਗੈਰਾ ਹੈ ਨਾ ਸਟਿਚਿੰਗ 'ਤੇ ਡਿਪੈਂਡ ਕਰਦਾ ਕਿ ਆਪਾਂ ਕਿਸੇ ਡਿਜ਼ਾਈਨ ਨੂੰ ਕਿੱਦਾਂ ਉਹ ਕਰਦੇ ਕਈ ਵਾਰੀ ਤਾਂ ਇੱਦਾਂ ਹੁੰਦਾ ਵੀ ਇਕੱਲਾ ਵਰਕ ਹੋ ਜਾਂਦਾ ਆ ਅਤੇ ਸਿੰਪਲ ਸਟਿਚਿੰਗ ਕਰਵਾ ਲੈਂਦੇ ਹਾਂ ਕਈ ਵਾਰੀ ਵਰਕ ਕਰਕੇ ਵੀ ਆਪਾਂ ਥੋੜ੍ਹੀ ਜਿਹੀ ਇਹਨੂੰ ਕ੍ਰੀਏਸ਼ਨ ਕਰਦੇ ਹਾਂ ਐਂਡ ਜਿਹੜੀਆਂ ਇਹਦੀਆਂ ਬਾਜੂ ਨੇ ਬਾਜੂ ਵੀ ਸਿੰਪਲ ਬਣੀਆਂ ਹੋਈਆਂ ਇੱਕ ਮਿੰਟ ਜੀ ਮੈਂ ਫਾਈਂਡ ਆਊਟ ਕਰਦੀ ਹਾਂ ਆਹ ਪਈਆਂ ਆਹ ਦੇਖੋ ਜਿਹੜੀਆਂ ਇਹਦੀਆਂ ਬਾਜੂ ਨੇ ਉਹ ਇੱਦਾਂ ਬਣੀਆਂ ਹੋਈਆਂ ਨੇ ਇੱਥੋਂ ਪਾਈਪਿੰਗ ਨਿਕਲ ਜੂਗੀ ਇਹਦੇ ਇਹਦੇ ਵਿੱਚ ਸਿੰਪਲ ਹੀ ਨੇ ਇਹਦੇ ਵਿੱਚ ਅਸੀਂ ਕੋਈ ਕੱਟ ਵਰਕ ਨਹੀਂ ਪਾਇਆ ਹੋਇਆ ਬਸ ਇੱਦਾਂ ਹੀ ਪਾਈਪਿੰਗ ਨਿਕਲ ਕੇ ਇਹਦੀਆਂ ਬਾਜੂ ਬਣ ਜਾਣਗੀਆਂ ਸਿੰਪਲ ਹੀ ਹੋਰ ਕੁਛ ਵੀ ਨਹੀਂ ਇਹਦੇ ਵਿੱਚ ਕੀਤਾ ਹੋਇਆ ਹੈਗਾ ਬਸ ਇਹ ਸਿੰਪਲ ਡਿਜ਼ਾਈਨ ਹੈ ਜਿਹੜਾ ਇਹਦਾ ਦੁਪੱਟਾ ਇਹਦਾ ਦੁਪੱਟਾ ਪਿਓਰ ਚਨੋਨ ਦਾ ਆ ਅਗਰ ਕਿਸੇ ਨੂੰ ਚਾਹੀਦਾ ਵੀ ਹੋਊਗਾ ਤਾਂ ਮੈਂ ਇੰਸਟਾਗ੍ਰਾਮ 'ਤੇ ਜ਼ਰੂਰ ਉਹਦੀ ਫੋਟੋ ਸ਼ੇਅਰ ਕਰੂੰਗੀ ਦੁਪੱਟੇ ਦੇ ਨਾਲ ਇਸ ਸੂਟ ਦੀ ਤਾਂ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਜੀ ਦੁਪੱਟਾ ਜਦੋਂ ਆਪਾਂ ਨੂੰ ਸਿੰਪਲ ਹੁੰਦਾ ਨਾ ਫਿਰ ਤਾਂ ਕਰਕੇ ਮੈਂ ਥੋੜ੍ਹਾ ਜਿਹਾ ਸਕਿੱਪ ਕਰਨ ਦੀ ਟਰਾਈ ਕਰਦੀ ਹੁੰਦੀ ਹਾਂ ਵੀ ਕੁਛ ਜ਼ਿਆਦਾ ਨਹੀਂ ਹੈਗਾ ਬਸ ਇੱਦਾਂ ਜਿਵੇਂ ਆਪਾਂ ਕੱਟ ਕੇ ਇੱਕ ਸਾਈਡ ਵਾਈਟ ਕਰਤੀ ਇੱਕ ਸਾਈਡ ਗ੍ਰੀਨ ਕਰਤੀ ਉਹਨੂੰ ਬਾਅਦ 'ਚ ਜੋੜ ਦਿੱਤਾ ਬਸ ਇੱਦਾਂ ਹੀ ਦੁਪੱਟਾ ਅਗਰ ਤੁਹਾਨੂੰ ਫੇਰ ਵੀ ਚਾਹੀਦਾ ਹੋਊਗਾ ਦੁਪੱਟਾ ਤਾਂ ਮੈਂ ਇਹ ਸੂਟ ਨਹੀਂ ਦਿਖਾਉਂਗੀ ਨੈਕਸਟ ਵੀਡੀਓ 'ਚ ਮੈਂ ਓਨਲੀ ਦੁਪੱਟਾ ਜ਼ਰੂਰ ਮੈਂਸ਼ਨ ਕਰ ਦੂੰਗੀ ਅਤੇ ਤੁਹਾਨੂੰ ਇੱਕ ਵਾਰੀ ਸ਼ੋਅ ਵੀ ਕਰ ਦੂੰਗੀ ਅਗਰ ਚਾਹੀਦਾ ਹੋਊਗਾ ਅਤੇ ਇੱਕ ਇਹ ਸਿੰਪਲ ਜਿਹਾ ਡਿਜ਼ਾਈਨ ਆ ਜਿਵੇਂ ਆਪਾਂ ਡੇਲੀ ਵੀਅਰ ਡਿਜ਼ਾਈਨ ਹੁੰਦੇ ਨੇ ਆਪਣੇ ਉੱਦਾਂ ਦਾ ਇਹ ਕਰੇਵ ਆ ਜਿਹੜਾ ਇਹਦਾ ਫੈਬਰਿਕ ਹੈ ਇਹ ਕਰੇਵ ਆ ਅਤੇ ਮਸ਼ੀਨ ਐਮਬਰਾਇਡਰੀ ਆ ਤੁਸੀਂ ਇਹਨੂੰ ਜੋਰਜੈਟ 'ਚ ਲੈ ਸਕਦੇ ਹੋ ਤੁਸੀਂ ਪਸ਼ਮੀਨਾ 'ਚ ਲੈ ਸਕਦੇ ਹੋ ਕੋਈ ਵੀ ਕੱਪੜਾ ਲੈ ਸਕਦੇ ਹੋ ਹੁਣ ਪਸ਼ਮੀਨਾ ਚੱਲੂਗਾ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਇੰਡੀਆ ਦੇ ਵਿੱਚ ਵਿੰਟਰਸ ਨੇ ਤਾਂ ਪਸ਼ਮੀਨੇ ਦੇ ਵਿੱਚ ਨੀਚੇ ਇਹ ਸਭ ਤੋਂ ਉਹਦੀ ਵਧੀਆ ਚੀਜ਼ ਹੁੰਦੀ ਆ ਵੀ ਉਹਦੇ ਥੱਲੇ ਨਾ ਲਾਈਨਿੰਗ ਨਹੀਂ ਲੱਗਦੀ ਪਸ਼ਮੀਨਾ ਜਿਹੜਾ ਹੁੰਦਾ ਉਹ ਬਿਨਾਂ ਲਾਈਨਿੰਗ ਤੋਂ ਹੀ ਪੈ ਜਾਂਦਾ ਆ ਇਹਨਾਂ ਦੇ ਥੱਲੇ ਨਾ ਡਬਲ ਸਟਿਚਿੰਗ ਵੀ ਪੈ ਜਾਂਦੀ ਹੈ ਇੱਕ ਲਾਈਨਿੰਗ ਵਗੈਰਾ ਵੀ ਹੋ ਜਾਂਦੀ ਹੈ ਵੀ ਡਾਈ ਵਗੈਰਾ ਕਰਵਾਓ ਉਹ ਐਜ਼ ਇਟ ਇਜ਼ ਜਿਵੇਂ ਹੁੰਦੇ ਬਸ ਉਵੇਂ ਹੀ ਬਣ ਜਾਂਦੇ ਨੇ ਉਹਨਾਂ ਦਾ ਇਹ ਸਭ ਤੋਂ ਵਧੀਆ ਚੀਜ਼ ਹੁੰਦੀ ਹੈ ਜੀ ਪਸ਼ਮੀਨਾ ਵਗੈਰਾ ਦੇ ਅਤੇ ਬਾਕੀ ਜਿਹੜੇ ਆਪਾਂ ਕਈ ਵਾਰੀ ਹੋਰ ਵੀ ਥੋੜ੍ਹੇ ਜਿਹੇ ਹੈਵੀ ਸਟੱਫ ਨੂੰ ਯੂਜ਼ ਕਰਦੇ ਹਾਂ ਜਿਹਦੇ ਥੱਲੇ ਲਾਈਨਿੰਗ ਨਹੀਂ ਲੱਗਦੀ ਇਹ ਦੋ ਸੂਟ ਸੀ ਜੀ ਜਿਹੜੇ ਮੈਂ ਤੁਹਾਨੂੰ ਅੱਜ ਸ਼ੋਅ ਕੀਤੇ ਨੇ ਇੱਕ ਤਾਂ ਮਹਿੰਦੀ ਕਲਰ ਅਤੇ ਇੱਕ ਗ੍ਰੇ ਕਲਰ ਇਹਨਾਂ ਬਾਰੇ ਕੋਈ ਵੀ ਇਨਫੋਰਮੇਸ਼ਨ ਲੈਣੀ ਆ ਜਾਂ ਕੋਈ ਵੀ ਤੁਹਾਨੂੰ ਇਹਦੀ ਫੋਟੋ ਐਕਸਟਰਾ ਚਾਹੀਦੀ ਆ ਤਾਂ ਪਲੀਜ਼ ਮੈਨੂੰ ਮੇਰੇ ਵਟਸਐਪ 'ਤੇ ਕੰਟੈਕਟ ਕਰ ਲਿਓ ਕੋਈ ਗੱਲ ਨਹੀਂ ਮੈਂ ਆਪਣਾ ਨੰਬਰ ਐਂਡ ਆਪਣੀ ਆਈਡੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜ਼ਰੂਰ ਮੈਂਸ਼ਨ ਕਰਦੀ ਹਾਂ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਤਾਂ ਕੋਈ ਵੀ ਤੁਸੀਂ ਇਹਦੇ ਵਿੱਚ ਕਲਰ ਕੰਬੀਨੇਸ਼ਨ ਚੇਂਜ ਕਰਵਾਉਣਾ ਜਾਂ ਇਹਦੇ ਦੁਪੱਟੇ ਦੀ ਗ੍ਰੀਨ ਦੇ ਦੁਪੱਟੇ ਦੀ ਫੋਟੋ ਚਾਹੀਦੀ ਆ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤਾਂ ਅਸੀਂ ਤੁਹਾਨੂੰ ਜ਼ਰੂਰ ਰਿਪਲਾਈ ਦੇਵਾਂਗੇ ਜੀ ਸੌਰੀ ਦੀਵਾਲੀ ਕਰਕੇ ਅਸੀਂ ਥੋੜ੍ਹੇ ਜਿਹੇ 4-5 ਦਿਨਾਂ ਤੋਂ ਕਾਫੀ ਬਿਜ਼ੀ ਹਾਂ ਕਿ ਅਸੀਂ ਕਾਲ ਅਟੈਂਡ ਵਗੈਰਾ ਨਹੀਂ ਕਰ ਪਾ ਰਹੇ ਹੈਗੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਫੈਸਟੀਵਲ ਕਰਕੇ ਆਪਾਂ ਨੂੰ ਹੈ ਨਾ ਰਿਲੇਟਿਵ ਘਰ ਵੀ ਜਾਣਾ ਪੈਂਦਾ ਕੁਛ ਘਰ 'ਚ ਵੀ ਕੰਮ ਹੋ ਜਾਂਦੇ ਨੇ ਤਾਂ ਮੈਂ ਇਹੀ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਆਪਣੀ ਸੇਫ ਦੀਵਾਲੀ ਮਨਾਓ ਸਾਰੇ ਆਪਣੇ ਘਰੇ ਵਧੀਆ ਰਹੋ ਹੱਸਦੇ ਵਸਦੇ ਰਹੋ ਠੀਕ ਹੈ ਜੀ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਦੀਵਾਲੀ ਸਾਰੇ ਆਪਣੇ ਪਰਿਵਾਰਾਂ 'ਚ ਖੁਸ਼ ਰਹੋ ਜੀ ਸਾਰੇ ਸਪੈਸ਼ਲੀ ਬੱਚੇ ਪਲੀਜ਼ ਜਿਹੜੇ ਪਟਾਕਿਆਂ ਤੋਂ ਹੈ ਨਾ ਥੋੜ੍ਹਾ ਜਿਹਾ ਉਹਨਾਂ ਨੂੰ ਅਵੋਇਡ ਹੀ ਕਰੋ ਕਿਉਂਕਿ ਕਾਫੀ ਹਾਦਸੇ ਹੁੰਦੇ ਨੇ ਆਪਾਂ ਹਰੇਕ ਦੀਵਾਲੀ 'ਤੇ ਸੁਣਦੇ ਹਾਂ ਤਾਂ ਸਾਰੇ ਬਸ ਹੱਸਦੇ ਵਸਦੇ ਰਹੋ ਜੀ ਵਧੀਆ ਆਪਣੇ ਪਰਿਵਾਰਾਂ 'ਚ ਖੁਸ਼ ਰਹੋ ਸਾਰਿਆਂ ਲਈ ਇਹ ਜਿਹੜਾ ਤਿਉਹਾਰ ਆ ਖੁਸ਼ੀਆਂ ਭਰਿਆ ਹੋਵੇ ਸਾਰੇ ਆਪਦੇ ਘਰੇ ਤੰਦਰੁਸਤ ਰਹਿਣ ਸਾਰਿਆਂ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਜੀ ਸਾਰੇ ਖੁਸ਼ ਰਹੋ ਧੰਨਵਾਦ।